ਕੈਨੇਡਾ ਦੇ ਕਾਲਜਿਸ ਵਿੱਚ ਪੜ੍ਹਨ ਲਈ ਫੀਸ ਕਾਲਜ ਨੂੰ ਪੇ ਕਰਨੀ ਚਾਹੀਦੀ ਹੈ ਜਾਂ ਫਿਰ ਏਜੰਟ ਨੂੰ? ਸਹੀ ਪ੍ਰੋਸੈਸ ਕੀ ਆ ਜੀ? ਇਸ ਲਈ ਦੇਖੋ ਸਾਡੀ ਅੱਜ ਦੀ ਇਹ ਵੀਡੀਓ। ਚੈੱਕ ਚੈੱਕ, ਮੈਂ ਹਾਂ ਜੌਨੀ ਹੰਸ। ਸੋ ਸੱਜਣ ਜੀ, ਇੱਕ ਹੋਰ ਜਿਹੜੀ ਚੀਜ਼ ਸਾਹਮਣੇ ਆਈ ਆ, ਜਦੋਂ ਤੁਹਾਡੇ ਕਮੈਂਟਸ ਆਉਂਦੇ ਨੇ ਜਾਂ ਫਿਰ ਅਸੀਂ ਵਲੌਗਸ ਕਰਦੇ ਹਾਂ, ਸੋ ਬਹੁਤ ਸਾਰੇ ਸਵਾਲ ਆਉਂਦੇ ਨੇ ਅਤੇ ਕਈ ਵਾਰੀ ਤੁਹਾਡੇ ਨਾਲ ਗੱਲਬਾਤ ਵੀ ਹੁੰਦੀ ਆ। ਸੋ ਹਾਲ ਹੀ ਵਿੱਚ ਇੱਕ ਇਹੋ ਜਿਹਾ ਕੇਸ ਆਇਆ ਜਿਹੜਾ ਦੱਸਿਆ ਕਿਸੇ ਸਟੂਡੈਂਟ ਨੇ ਕਿ ਉਹ ਓਨਟੈਰੀਓ ਦੇ ਕਿਸੇ ਕਾਲਜ 'ਚ ਪੜ੍ਹਨ ਆ ਗਿਆ ਅਤੇ ਉਹ ਕਾਲਜ ਫਿਰ ਔਫਰ ਨਹੀਂ ਕਰਦਾ ਆ, ਪੋਸਟ ਐਜੂਕੇਸ਼ਨ ਵਰਕ ਪਰਮਿਟ ਨਹੀਂ ਦਿੰਦਾ ਆ, ਅਤੇ ਉਹਨੇ ਆਪਣੀ ਜਿਹੜੀ ਫੀਸ ਵੀ ਆ ਉਹ ਵੀ ਕਾਲਜ ਨੂੰ ਨਹੀਂ ਪੇ ਕੀਤੀ ਹੋਈ, ਏਜੰਟ ਨੂੰ ਪੇ ਕੀਤੀ ਹੋਈ ਆ। ਸੋ ਜਦੋਂ ਵੀ ਤੁਸੀਂ ਕੈਨੇਡਾ ਕਿਸੇ ਵੀ ਕਾਲਜ 'ਚ ਪੜ੍ਹਨ ਆਉਣਾ ਆ, ਸਹੀ ਪ੍ਰੋਸੈਸ ਕੀ ਆ ਫੀਸ ਪੇ ਕਰਨ ਦਾ? ਸੋ ਆਪਣੀ ਇਨਫੋਰਮੇਸ਼ਨ ਕਲੈਕਟ ਕਰਕੇ ਲੈ ਕੇ ਆਇਆ ਤੁਹਾਡੇ ਤੱਕ, ਆਸ ਕਰਦਾ ਤੁਹਾਡੀ ਹੈਲਪ ਕਰੇਗੀ। ਜਦੋਂ ਵੀ ਤੁਸੀਂ ਕੈਨੇਡਾ ਪੜ੍ਹਨ ਇੱਥੇ ਆਉਂਦੇ ਹੋ ਅਤੇ ਇੱਕ ਗੱਲ ਦਾ ਜ਼ਰੂਰ ਖਿਆਲ ਰੱਖੋ ਕਿ ਤੁਸੀਂ ਆਪਣੀ ਫੀਸ ਕਾਲਜ ਨੂੰ ਪੇ ਕਰ ਰਹੇ ਹੋ ਜਾਂ ਫਿਰ ਏਜੰਟ ਨੂੰ। ਹਾਲ ਹੀ ਵਿੱਚ ਇੱਕ ਇਹੋ ਜਿਹੀ ਕਮੈਂਟ ਸਾਡੇ ਸਾਹਮਣੇ ਆਇਆ ਜਿਹਦੇ ਨਾਲ ਤੋਂ ਬਾਅਦ ਅਸੀਂ ਉਸ ਦੋਸਤ ਨਾਲ ਗੱਲ ਵੀ ਕੀਤੀ। ਉਹਨੇ ਦੱਸਿਆ ਕਿ ਯਾਰ ਉਹਨੇ ਟੋਰੋਂਟੋ ਦੇ ਕਿਸੇ ਕਾਲਜ ਨੂੰ ਪੇ ਕਰ ਦਿੱਤਾ ਪਰ ਕਾਲਜ ਨੂੰ ਸਿੱਧਾ ਨਹੀਂ ਪੇ ਕੀਤਾ, ਏਜੰਟ ਨੂੰ ਪੇ ਕੀਤਾ ਆ, ਅਤੇ ਉਹਦੀ ਵਜ੍ਹਾ ਨਾਲ ਹੁਣ ਨੂੰ ਕਾਫੀ ਸਾਰੇ ਚੈਲੇਂਜਸ ਆ ਰਹੇ ਨੇ ਕਿ ਕਾਲਜ ਪੋਸਟ ਐਜੂਕੇਸ਼ਨ ਵਰਕ ਪਰਮਿਟ ਔਫਰ ਨਹੀਂ ਕਰ ਰਿਹਾ। ਸੋ ਇਹੋ ਜਿਹੇ ਪ੍ਰੋਬਲਮਸ ਤੋਂ ਬਚਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਕੈਨੇਡਾ ਜਦ ਵੀ ਤੁਸੀਂ ਕਿਸੇ ਯੂਨੀਵਰਸਿਟੀ ਜਾਂ ਕਾਲਜ 'ਚ ਪੜ੍ਹਨ ਆਉਂਦੇ ਹੋ ਤਾਂ ਤੁਹਾਡਾ ਇੱਕ ਸਟੂਡੈਂਟ ਅਕਾਊਂਟ ਉੱਥੇ ਬਣ ਜਾਂਦਾ ਆ ਜਿੱਥੇ ਤੁਹਾਡੀ ਫੀਸ ਦਾ ਪੂਰਾ ਰੈਕਡ ਹੁੰਦਾ ਆ। ਯਾਨੀ ਜ਼ਿਆਦਾਤਰ ਜਿਹੜੀਆਂ ਅੱਛੀਆਂ ਯੂਨੀਵਰਸਿਟੀਜ਼, ਅੱਛੇ ਕਾਲਜਿਸ ਨੇ, ਉਹ ਸਿੱਧੇ ਫੀਸ ਐਕਸੈਪਟ ਕਰਦੇ ਨੇ। ਤੁਸੀਂ ਰਿਸਪੋਂਸੀਬਲ ਹੁੰਦੇ ਹੋ ਕਾਲਜ ਨੂੰ, ਕਿਉਂਕਿ ਯੂ ਆਰ ਦਾ ਸਟੂਡੈਂਟ, ਤੁਸੀਂ ਉਸ ਕਾਲਜ 'ਚ ਪੜ੍ਹਨ ਆ ਰਹੇ ਹੋ। ਜਿਹੜੀ ਫੀਸ ਆ ਉਹ ਕਾਲਜ ਨੂੰ ਜਾਣੀ ਅਤੇ ਕਾਲਜ ਤੁਹਾਨੂੰ ਉਹਦੀ ਫੁੱਲ ਰਿਸੀਟ ਦਿੰਦਾ ਆ, ਨਾ ਕਿ ਕੋਈ ਏਜੰਟ। ਸੋ ਜਦੋਂ ਵੀ ਤੁਸੀਂ ਇੱਥੇ ਪੜ੍ਹਨ ਆਉਣਾ ਆ, ਪਹਿਲਾਂ ਉਸੇ ਹੀ ਕਾਲਜ 'ਚ ਅਪਲਾਈ ਕਰੋ ਜਿਹੜਾ ਕਾਲਜ ਸਿੱਧੀ ਸਟੂਡੈਂਟ ਤੋਂ ਫੀਸ ਐਕਸੈਪਟ ਕਰਦਾ ਹੈ, ਕਿਉਂਕਿ ਅੱਛੇ ਕਾਲਜਿਸ ਅਤੇ ਅੱਛੀਆਂ ਯੂਨੀਵਰਸਿਟੀਜ਼ ਜਿੰਨੀਆਂ ਵੀ ਇੱਥੇ ਨੇ, ਉਹ ਸਟੂਡੈਂਟਸ ਤੋਂ ਸਿੱਧੀ ਫੀਸ ਸਟੂਡੈਂਟ ਕਾਲਜ ਜਾਂ ਯੂਨੀਵਰਸਿਟੀ ਨੂੰ ਪੇ ਕਰਦਾ, ਨਾ ਕਿ ਕਿਸੇ ਥਰਡ ਪਾਰਟੀ, ਨਾ ਕਿ ਕਿਸੇ ਏਜੰਟ ਨੂੰ ਪੇ ਕਰਦਾ। ਸੋ ਉਹਦਾ ਫਾਇਦਾ ਕੀ ਆ? ਕਦੀ ਵੀ ਤੁਹਾਨੂੰ ਲੱਗਦਾ ਹੈ ਕਿ ਕਿਸੇ ਚੰਗੀ ਜਾਂ ਮਾੜੀ ਵਜ੍ਹਾ ਨਾਲ ਤੁਹਾਨੂੰ ਉਸ ਕਾਲਜ ਨੂੰ ਛੱਡਣਾ ਪੈ ਸਕਦਾ ਜਾਂ ਤੁਹਾਨੂੰ ਕੋਰਸ ਚੇਂਜ ਕਰਨਾ ਪੈ ਰਿਹਾ ਜਾਂ ਕਾਲਜ ਚੇਂਜ ਕਰਨਾ ਪੈ ਰਿਹਾ, ਅਤੇ ਉਹ ਜਿਹੜੀ ਫੀਸ ਆ ਉਹ ਸਿੱਧੀ ਤੁਹਾਨੂੰ ਪੇ ਹੁੰਦੀ ਆ। ਅਫਕੋਰਸ ਉਸੇ ਅਕਾਊਂਟ 'ਚ ਜਾਂਦੀ ਆ ਜਿਹ 'ਚ ਤੁਸੀਂ ਅਕਾਊਂਟ ਤੋਂ ਫੀਸ ਪੇ ਕੀਤੀ ਹੁੰਦੀ ਆ, ਅਤੇ ਉਹ ਐਟਲੀਸਟ ਤੁਹਾਡਾ ਅਕਾਊਂਟ ਜ਼ਰੂਰ ਹੁੰਦਾ। ਪਰ ਜੇ ਉਹੀ ਫੀਸ ਤੁਸੀਂ ਕਿਸੇ ਏਜੰਟ ਨੂੰ ਦਿੱਤੀ ਹੋਈ ਆ, ਉਹ ਫੀਸ ਵਾਪਸ ਏਜੰਟ ਨੂੰ ਜਾਣੀ ਆ। ਏਜੰਟ ਤੁਹਾਨੂੰ ਟਾਈਮ ਨਾਲ ਮੋੜਦਾ, ਨਹੀਂ ਮੋੜਦਾ, ਤੁਹਾਡੇ ਘਰ ਦੇ ਖੱਜਲ ਹੁੰਦੇ, ਤੁਹਾਡੇ ਘਰ ਦੇ ਏਜੰਟ 'ਤੇ ਕੇਸ ਕਰਦੇ ਨੇ, ਕੀ ਕਰਦੇ ਨੇ, ਉਹ ਤੁਹਾਡੀ ਸਿਰਦਰਦੀ ਹੋ ਜਾਂਦੀ ਆ। ਸੋ ਕਦੀ ਵੀ ਕਿਸੇ ਦੇ ਲਾਰਿਆਂ 'ਚ ਨਾ ਆਓ, ਟਰਾਈ ਅਵੋਇਡਿੰਗ ਦੀ ਰੋਂਗ ਮੈਥਡਸ। ਜੇ ਤੁਹਾਨੂੰ ਕੋਈ ਕਹਿੰਦਾ ਕਿ ਯਾਰ 110% ਤੁਹਾਡਾ ਵੀਜ਼ਾ ਲੱਗਾ ਹੀ ਲੱਗੂਗਾ, ਇੱਦਾਂ ਦਾ ਕੋਈ 100% ਵਾਲਾ ਕੇਸ ਨਹੀਂ ਹੁੰਦਾ, ਉਹ ਜਨਤਾ ਨੂੰ ਪਾਗਲ ਬਣਾਉਣ ਵਾਲੀਆਂ ਗੱਲਾਂ ਆ। ਅਤੇ ਜੇ ਫਿਰ ਵੀ ਤੁਸੀਂ ਬਿਲੀਵ ਕਰਦੇ ਹੋ, ਇਟਸ ਯੋਰ ਚੋਇਸ। ਸੋ ਕੋਸ਼ਿਸ਼ ਕਰੋ ਕਿ ਪਹਿਲਾਂ ਤਾਂ ਕ੍ਰੈਡੀਬਲ ਕਾਲਜਿਸ ਜਾਂ ਯੂਨੀਵਰਸਿਟੀਜ਼ 'ਚ ਐਡਮਿਸ਼ਨ ਲਓ ਜਿੱਥੇ ਤੁਸੀਂ ਫੀਸ ਜਿਹੜੀ ਆ ਪੂਰੀ ਕਾਲਜ ਨੂੰ ਪੇ ਕਰਦੇ ਹੋ, ਅਤੇ ਜੇ ਕੋਈ ਪ੍ਰੋਬਲਮ ਹੁੰਦੀ ਵੀ ਆ ਤਾਂ ਕਾਲਜ ਇੱਕ ਛੋਟੀ ਪਰਸੈਂਟੇਜ ਕੱਟ ਕੇ ਤੁਹਾਨੂੰ ਪੂਰੀ ਦੀ ਪੂਰੀ ਤੁਹਾਡੀ ਫੀਸ ਵਾਪਸ ਕਰ ਦਿੰਦਾ ਆ। ਕਾਲਜ ਹੈਜ਼ ਨੋ ਰਾਈਟਸ ਟੂ ਕੀਪ ਦਾ ਫੀਸ। ਇਹੋ ਜਿਹੇ ਵੀ ਹਾਲ ਹੀ ਵਿੱਚ ਇੱਕ ਹੋਰ ਕੇਸ ਆਇਆ ਸੀ ਜਿੱਥੇ ਕਾਲਜ ਵਾਲੇ ਕਹਿੰਦੇ ਕਿ ਪੜ੍ਹ ਜਾਂ ਨਾ ਪੜ੍ਹ, ਅਸੀਂ ਫੀਸ ਨਹੀਂ ਮੋੜਨੀ। ਬਟ ਇਹ ਵੀ ਗਲਤ ਆ ਕਿ ਜੇ ਤੁਸੀਂ ਪੜ੍ਹ ਹੀ ਨਹੀਂ ਰਹੇ ਹੋ ਜਾਂ ਤੁਹਾਨੂੰ ਕਿਸੇ ਵਜ੍ਹਾ ਨਾਲ ਕਿਸੇ ਦੂਸਰੀ ਸਟੇਟ 'ਚ ਮੂਵ ਕਰਨਾ ਪੈ ਰਿਹਾ ਜਾਂ ਤੁਹਾਨੂੰ ਕਿਸੇ ਕਾਲਜ 'ਚ ਮੂਵ ਕਰਨਾ ਪੈ ਰਿਹਾ ਜਾਂ ਤੁਹਾਨੂੰ ਈਵਨ ਤੁਸੀਂ ਤੁਹਾਡੇ ਕੋਲ ਕੋਈ ਹੋਰ ਆਪਸ਼ਨ ਆ, ਤੁਸੀਂ ਨਹੀਂ ਪੜ੍ਹ ਸਕਦੇ ਹੋ, ਐਟਲੀਸਟ ਤੁਹਾਡੇ ਪੈਸੇ ਨੇ ਤੁਹਾਨੂੰ ਮਿਲਣੇ ਤਾਂ ਵਾਪਸ ਚਾਹੀਦੇ ਆ। ਸੋ ਇਸ ਕਰਕੇ ਕਾਲਜ ਦੀ ਕ੍ਰੈਡੀਬਿਲਿਟੀ ਜ਼ਰੂਰ ਚੈੱਕ ਕਰ ਲਓ। ਦੂਜੀ, ਜਦੋਂ ਵੀ ਤੁਸੀਂ ਫੀਸ ਪੇ ਕਰਨੀ ਆ, ਉਹਨਾਂ ਕਾਲਜਿਸ ਵਿੱਚ ਹੀ ਪੜ੍ਹਨ ਆਓ ਜਿਹੜੇ ਕਾਲਜਿਸ ਸਿੱਧੀ ਫੀਸ ਐਕਸੈਪਟ ਕਰ ਸਕਦੇ ਨੇ, ਤਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਫਰੋਡ ਤੋਂ ਬਚ ਸਕੋ। ਆਸ ਕਰਦਾ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ। ਅਤੇ ਇੱਕ ਹੋਰ ਚੀਜ਼ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਨਾ ਚਾਹੂੰਗੇ ਕਿ ਅਸੀਂ ਆਉਣ ਵਾਲੇ ਜਿਹੜੇ ਸਾਡੇ ਵਲੌਗਸ ਨੇ ਅਸੀਂ ਇੰਗਲਿਸ਼ 'ਚ ਕਰਾਂਗੇ, ਅਤੇ ਉਹ ਇੱਕ ਸੈਪਰੇਟ ਚੈਨਲ ਦੇ ਅੰਡਰ ਹੋਣਗੇ ਜਿਹਦਾ ਚੈਨਲ ਦਾ ਨਾਮ ਹੈ ਕੈਨੇਡੀਅਨ ਡ੍ਰੀਮਸ। ਉਹਦਾ ਲਿੰਕ ਅਸੀਂ ਕਾਰਡ ਦੇ ਵਿੱਚ ਵੀ ਦੇਵਾਂਗੇ, ਡਿਸਕ੍ਰਿਪਸ਼ਨ 'ਚ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਇਸ ਯੂਟਿਊਬ ਚੈਨਲ ਯਾਨੀ ਚੈੱਕ ਚੈੱਕ ਜੌਨੀ ਹੰਸ 'ਤੇ ਅਸੀਂ ਪੰਜਾਬੀ ਸ਼ਾਇਰੀ, ਪੰਜਾਬੀ ਸਪੋਕਨ ਵਰਡ ਅਤੇ ਰੈਪ ਤੁਹਾਡੇ ਨਾਲ ਕਰਾਂਗੇ ਸਾਂਝਾ। ਅਤੇ ਹੋਰ ਆਉਣ ਵਾਲੇ ਟਾਈਮ 'ਚ ਤੁਸੀਂ ਕਿਸੇ ਪਰਟੀਕੁਲਰ ਇਨਫੋਰਮੇਸ਼ਨ 'ਤੇ ਵਲੌਗ ਚਾਹੁੰਦੇ ਹੋ ਅਤੇ ਇਸ ਵੀਡੀਓ ਦੇ ਥੱਲੇ ਕਮੈਂਟਸ ਰਾਹੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਉਸ ਦੇ ਨਾਲ ਨਾਲ ਜਿਹੜੇ ਸੱਜਣ ਮਿੱਤਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਨੇ, ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਹਿੱਟ ਕਰੋ ਜੀ ਬੈਲ ਬਟਨ। ਅਤੇ ਉਸ ਦੇ ਨਾਲ ਨਾਲ ਜੇ ਤੁਸੀਂ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ 'ਚ ਪੜ੍ਹਨ ਆਉਣਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ, ਅਤੇ ਤੁਸੀਂ ਕੋਰਸ ਲੱਭ ਰਹੇ ਹੋ ਜਾਂ ਕੋਰਸ ਫਿਗਰ ਆਊਟ ਕਰਨ 'ਚ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਅਤੇ ਇਸ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਵੀ ਦੇ ਰਹੇ ਹਾਂ, ਇੱਕ ਫਾਰਮ ਦਾ ਤੁਸੀਂ ਭਰ ਸਕਦੇ ਹੋ। ਅਤੇ ਯੂ ਸਟੱਡੀ ਇਨ ਕੈਨੇਡਾ .com ਜਿਹੜੀ ਮੈਪਿੰਗ ਸਰਵਿਸ ਆ, ਉਸ ਨੂੰ ਮੈਪ ਕਰਕੇ ਤੁਹਾਡੇ ਤੱਕ ਤੁਹਾਨੂੰ ਹੈਲਪ ਕਰ ਸਕਦੀ ਆ। ਸੋ ਇਸੇ ਨਾਲ ਮੈਂ ਚਾਹੁੰਦੀ ਹਾਂ ਫਿਲਹਾਲ ਲੈਣਾ ਇਜਾਜ਼ਤ। ਹੱਸਦੇ ਮੁਸਕਰਾਉਂਦੇ ਰਹੋ ਜੀ, ਰੱਬ ਰਾਖਾ।